5.63 ਵੇਖ ਰਹੇ ਸਾਰੇ ਹੀ ਈਵਰਸ ਦਾ ਇਸ ਚੈਨਲ ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀਏ ਦੇ ਪਹਿਲੇ ਸਮੈਸਟਰ ਨਾਲ ਸੰਬੰਧਿਤ ਹੈ ਵਿਸ਼ਾ ਹੈ ਲਾਜ਼ਮੀ ਪੰਜਾਬੀ ਤੇ ਇਸ ਵਿਸ਼ੇ ਦੀ ਨਿਰਧਾਰਿਤ ਪਾਠ ਪੁਸਤਕ ਦਾ ਨਾਮ ਹੈ ਸੁਰ ਸੰਵੇਦਨ ਜੋ ਕਿ ਇੱਕ ਕਾਵ ਸੰਗ੍ਰਹਿ ਤੇ ਇਸ ਕਾਵ ਸੰਗ੍ਰਹਿ ਦੇ ਵਿੱਚ ਦਰਜ ਅਗਲੇ ਕਵੀ ਪਾਸ਼ ਇਨਾਂ ਦੀ ਆਪਾਂ ਅੱਜ ਪਹਿਲੀ ਕਵਿਤਾ ਪੜ੍ਹਨੀ ਹੈ ਜਿਸ ਦਾ ਸਰਲੇਖ ਹੈ ਇਨਕਾਰ ਇਸ ਤੋਂ ਪਹਿਲਾਂ ਅਸੀਂ ਇਸ ਪਾਠ ਪੁਸਤਕ ਦੇ ਵਿੱਚ ਦਰਜ ਫਰਸਟ ਸੈਮੈਸਟਰ ਦੇ ਨਾਲ ਸੰਬੰਧਿਤ ਚਾਰ ਕਵੀ ਪੜ ਚੁੱਕੇ ਹੈਗੇ ਆ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਦੇ ਅਰਥ ਕੇਂਦਰੀ ਭਾਵ ਵਿਚਾਰਨ ਦਾ ਸਾਰ ਪੜਿਆ ਹੋਇਆ ਹੈਗਾ ਤੇ ਜਿਹੜੇ ਵਿਦਿਆਰਥੀਆਂ ਨੇ ਇਹ ਵੀਡੀਓਜ਼ ਅਜੇ ਤੱਕ ਨਹੀਂ ਵੇਖੀਆਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਨਾਂ ਵੀਡੀਓਜ਼ ਦਾ ਲਾਭ ਪ੍ਰਾਪਤ ਕਰ ਸਕਦੇ ਹੈਗੇ ਨੇ ਤਾਂ ਅਸੀਂ ਜੇ ਜੋ ਕਵੀ ਪੜਨਾ ਹੈ ਪਾਸ਼ ਜ਼ਰੂਰੀ ਹੈ ਕਿ ਉਹਨਾਂ ਦੇ ਜੀਵਨ ਬਾਰੇ ਸਾਨੂੰ ਥੋੜੀ-ਬਹੁਤੀ ਜਾਣਕਾਰੀ ਹੋਵੇ ਸੋ ਪਾਸ਼ ਦਾ ਨਾਮ ਸਭ ਤੋਂ ਆਧੁਨਿਕ ਕਵੀਆਂ ਦੇ ਵਿੱਚ ਗਿਣਿਆ ਜਾਂਦਾ ਹੈਗਾ ਉਹ ਇੱਕ ਕ੍ਰਾਂਤੀਕਾਰੀ ਕਵੀ ਸੀ ਉਸਦਾ ਜਨਮ 9 ਨਵੰਬਰ 1950 ਨੂੰ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਪਿਤਾ ਦਾ ਨਾਮ ਸੀ ਸ੍ਰੀ ਮੋਹਨ ਸਿੰਘ ਸੰਧੂ ਪਿੰਡ ਦਾ ਨਾਮ ਸੀ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਤੇ ਉਸਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀਗਾ ਤੇ ਉਸ ਨੇ ਜੀ.ਵੀ.ਟੀ ਪਾਸ ਕੀਤੀ ਸੀ ਪਰ ਉਸ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਨੇੜੇ ਦੇ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ ਸੀ ਪ੍ਰੰਤੂ ਆਰਥਿਕ ਮੁਸ਼ਕਲਾਂ ਅਤੇ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਭਾਗ ਲੈਣ ਦੇ ਕਰਕੇ ਇਹ ਸਕੂਲ ਬਹੁਤਾ ਨਾ ਚੱਲ ਸਕਿਆ ਪਿੰਡ ਵਿੱਚ ਰਹਿੰਦੇ ਆ ਉਸਨੇ ਪਹਿਲਾਂ ਰੋਣਲੇ ਬਾਣ ਅਤੇ ਫੇਰ ਸਿਆੜ ਨਾਂ ਦੇ ਪਰਚੇ ਕੱਢੇ ਸੀਗੇ ਜੋ ਛੇਤੀ ਹੀ ਬੰਦ ਕਰਨੇ ਪਏ ਉਸ ਦਾ ਨਾਮ ਨਕਸਲਵਾੜੀ ਲਹਿਰ ਦੇ ਨਾਲ ਜੁੜਿਆ ਹੋਇਆ ਸੀ ਤੇ ਉਹ ਕਈ ਵਾਰ ਪੁਲਿਸ ਪੁਲਿਸ ਦੀ ਮਾਰ ਦਾ ਸ਼ਿਕਾਰ ਹੋਇਆ ਤੇ ਐਂਡ ਵਾਲੇ ਵਰਿਆਂ ਦੇ ਵਿੱਚ ਉਹ ਚੱਲੀ ਪੰਜਾਬ ਦੇ ਵਿੱਚ ਚੱਲੀ ਗਈ ਖਾੜਕੂ ਲਹਿਰ ਦੇ ਵਿੱਚ ਖੱਬੇ ਪੱਖੀ ਵਿਚਾਰਾਂ ਦਾ ਧਾਰਨੀ ਸੀਗਾ ਤੇ ਉਸ ਦੀ ਜਾਨ ਨੂੰ ਖਤਰਾ ਸੀ ਇਸ ਕਰਕੇ ਉਹ 1986 ਦੇ ਵਿੱਚ ਅਮਰੀਕਾ ਚਲੇ ਗਿਆ ਤੇ ਅਮਰੀਕਾ ਦੇ ਵਿੱਚ ਉਸ ਨੇ ਖਾੜਕੂ ਲਹਿਰ ਦੇ ਵਿਰੋਧ ਵਿੱਚ ਜੋ ਪਰਚਾ ਕੱਢਾ ਜਾ ਰਿਹਾ ਸੀ ਐਂਟੀ 47 ਦੇ ਸੰਪਾਦਨ ਦਾ ਕੰਮ ਸ਼ੁਰੂ ਕੀਤਾ ਤੇ ਜਿਸ ਕਰਕੇ ਉਹ ਖਾੜਕੂ ਲਹਿਰ ਦੇ ਮਦਈਆਂ ਦੀਆਂ ਨਜ਼ਰਾਂ ਵਿੱਚ ਹੋਰ ਵੀ ਰੜਕਣ ਲੱਗ ਪਿਆ 1988 ਦੇ ਵਿੱਚ ਉਹ ਕੁਝ ਚਿਰ ਲਈ ਪੰਜਾਬ ਆਇਆ ਅਤੇ ਵਾਪਸ ਜਾਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਉਸ ਨੂੰ ਉਸਦੇ ਇੱਕ ਸਾਥੀ ਸਮੇਤ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਉਹ ਇੱਕ ਸੰਜੀਦਾ ਕਵੀ ਹੋਇਆ ਹੈ ਤੇ ਉਸਨੇ ਸਾਡੇ ਸਮਾਜਿਕ ਜੀਵਨ ਦੇ ਕਠੋਰ ਯਥਾਰਥ ਅਤੇ ਗਲਤ ਢਾਂਜ ਨੂੰ ਬੜੀ ਦਲੇਰੀ ਨਾਲ ਬਿਆਨਿਆ ਹੈ। ਉਹ ਪਰੰਪਰਾਗਤ ਮੁਹਾਵਰੇ ਦਾ ਵਿਰੋਧੀ ਹੈ ਤੇ ਪਾਠਕ ਨੂੰ ਪੂਰੀ ਤਰ੍ਹਾਂ ਆਪਣੇ ਵਿਚਾਰਾਂ ਦਾ ਭਾਈਵਾਲ ਬਣਾ ਲੈਣ ਦੀ ਸਮਰੱਥਾ ਰੱਖਦਾ ਹੈ ਉਸ ਦੀਆਂ ਰਚਨਾਵਾਂ ਦੇ ਵਿੱਚ ਲੋਕ ਕਥਾ ਉੜਦੇ ਵਾਜਾ ਮਗਰ ਸਾਡੇ ਸਮਿਆਂ ਵਿੱਚ ਖਿਲਰੇ ਹੋਏ ਵਰਕੇ ਅਸੀਂ ਲੜਾਂਗੇ ਸਾਥੀ ਉਸ ਦਾ ਨਾਮ ਨਕਸਲਵਾੜੀ ਲਹਿਰ ਵੇਲੇ ਜੁਝਾਰ ਵਿਰੋਧੀ ਕਾਵਤਾਰਾ ਦੇ ਮੋਢੀ ਵੱਜੋਂ ਉੱਭਰਿਆ ਤੇ ਉਸਨੇ ਵੱਖੋ ਵੱਖਰੇ ਜੋ ਕਵਿਤਾਵਾਂ ਲਿਖੀਆਂ ਨੇ ਉਹ ਬਿਲਕੁਲ ਹੀ ਵੱਖਰੇ ਰੰਗ ਦੀਆਂ ਹੈਗੀਆਂ ਨੇ ਤੇ ਉਸਦੀ ਕਵਿਤਾ ਆਦਰਸ਼ਾਂ ਦੀ ਮੁਥਾਜ਼ੀ ਕਬੂਲ ਨਹੀਂ ਕਰਦੀ ਉਹ ਜੀਵਨ ਨੂੰ ਇਸ ਦੇ ਦੋਸ਼ਾਂ ਅਤੇ ਊਣਤਾਈਆਂ ਸਹਿਤ ਪ੍ਰਵਾਨ ਕਰਦਾ ਹੈ ਤੇ ਉਸਦੀ ਕਵਿਤਾ ਦੀ ਸੁਰ ਕ੍ਰਾਂਤੀਕਾਰੀ ਅਤੇ ਰੋਗ ਨਾਲ ਭਰੀ ਹੋਈ ਹੈ ਜਿਸ ਵਿੱਚ ਵਿਅੰਗ ਦੀ ਸ਼ੋ ਬੜੀ ਤਿੱਖੀ ਅਤੇ ਕਾਟਮੀ ਹੈ ਉਸਦੀ ਪ੍ਰੇਰਨਾ ਦੇ ਸਰੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਨਾਇਕ ਸਨ ਤੇ ਉਸਦੀ ਕਵਿਤਾ ਪੰਜਾਬ ਦੀ ਨਵੀਂ ਅਤੇ ਸਵਸਤ ਸੁਰ ਦੀ ਲਖਾਇਕ ਹੈ। ਤੋਂ ਅੱਜ ਆਪਾਂ ਕਵਿਤਾ ਪੜ੍ਹਨੀ ਹੈ ਇਨਕਾਰ ਤਾਂ ਇਸ ਕਵਿਤਾ ਦੇ ਵਿੱਚ ਵੀ। ਉਹਨਾਂ ਨੇ ਆਪਣੇ ਅਜੇਹੇ ਵਿਚਾਰ ਹੀ ਭਰੇ ਹੈਗੇ ਨੇ ਕਿ ਉਸ ਨੂੰ ਜੋ ਚੱਲ ਰਹੀ ਕਵਿਤਾ ਹੈ। ਸੋਹਜਵਾਦੀ ਕਵਿਤਾ ਹੈ, ਲੋਕਾਂ ਦਾ ਮਨੋਰੰਜਨ ਕਰਨ ਵਾਲੀ ਕਵਿਤਾ ਹੈ। ਉਸ ਦਾ ਉਹਨੂੰ ਉਹ ਪਸੰਦ ਨਹੀਂ ਹੈਗੀ। ਤੇ ਉਹ ਕਹਿੰਦਾ ਹੈ ਕਿ ਮੈਂ ਜਿਹੜੀ ਇਸ ਤਰ੍ਹਾਂ ਦੀ ਕਵਿਤਾ ਲਿਖਾਂਗਾ ਉਸ ਦੇ ਵਿੱਚ yatharth ਦਾ ਰੰਗ ਭਰਿਆ ਹੋਵੇਗਾ ਤੇ ਮੇਰੇ ਤੋਂ ਆਸ ਨਾ ਰੱਖਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹੜ ਚ ਰੁੱੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹੱਸਾ ਤਾਂ ਇਸ ਪੈਰਾਗ੍ਰਾਫ ਦੀ ਪ੍ਰਸੰਗ ਆਪਾਂ ਲਿਖਣਾ ਹੈ ਜੇ ਉਸ ਤਰ੍ਹਾਂ ਲਿਖ ਸਕਦੇ ਹੈਗੇ ਕਿ ਇਹ ਕਾਵ ਟੋਟਾ ਸਾਡੀ ਪਾਠ ਪੁਸਤਕ ਸੁਰ ਸੰਵੇਦਨਾ ਜੋ ਕਿ ਇੱਕ ਕਾਵ ਸੰਗ੍ਰਹਿ ਹੈ ਵਿੱਚੋਂ ਲਿਆ ਗਿਆ ਹੈ ਤੇ ਪਾਸ਼ ਦੀ ਕਵਿਤਾ ਇਨਕਾਰ ਦਾ ਇੱਕ ਭਾਗ ਹੈ ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਕਾਵ ਸਿਧਾਂਤ ਦਾ ਕਾਵਿਕ ਮੈਨੀਫੈਸਟੋ ਪੇਸ਼ ਕੀਤਾ ਹੈ ਮੈਨੀਫੈਸਟੋ ਹੁੰਦਾ ਵੀ ਉਹ ਸਿਧਾਂਤ ਜਾਂ ਅਸੂਲ ਜਿਸ ਦੇ ਉੱਤੇ ਕੋਈ ਕਵੀ ਕੰਮ ਕਰਦਾ ਹੈਗਾ ਜਿਸ ਦੇ ਅਨਸਾਰ ਉਹ ਕਵਿਤਾ ਰਚਦਾ ਹੈ ਇਸ ਕਾਵਸ ਦਾੰਤਰ ਰਾਹੀਂ ਉਹ ਸੋਹਜਵਾਦੀ ਅਤੇ ਪ੍ਰਗਤੀਵਾਦੀ ਰੋਮਾਂਟਿਕ ਕਵਿਤਾ ਨੂੰ ਰੱਦ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਖੇਤਾਂ ਦਾ ਪੁੱਤਰ ਹੋ ਕੇ ਸਿਰਫ ਇਸੇ ਖੇਤਰ ਨਾਲ ਸੰਬੰਧਿਤ ਯਥਾਰਥਿਕ ਸਮੱਸਿਆਵਾਂ ਨੂੰ ਪੇਸ਼ ਕਰਨ ਵਿੱਚ ਹੀ ਬਹੁਤਾ ਵਿਸ਼ਵਾਸ ਕਰਦਾ ਹੈ ਕੀ ਕਹਿੰਦਾ ਹੈ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹੱਡ ਚ ਰੁੱੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਹਾਸਾ ਹੁਣ ਕੰਜਕ ਦਾ ਅਰਥ ਹੁੰਦਾ ਹੈ ਜਿਹੜੀਆਂ ਲੜਕੀਆਂ ਦੀ ਕੰਜਕ ਪੂਜਾ ਕੀਤੀ ਜਾਂਦੀ ਹੈ ਜਿਵੇਂ ਅਸ਼ਟਮੀ ਵਗੈਰਾ ਨੂੰ ਕਹਿਣ ਦਾ ਮਤਲਬ ਕੀ ਹੈ ਉਹਨਾਂ ਨੂੰ ਜਿਹੜਾ ਹੈ ਪਵਿੱਤਰ ਰੂਹਾ ਮੰਨਿਆ ਜਾਂਦਾ ਹੈ ਇੱਕ ਤਰ੍ਹਾਂ ਦੇ ਨਾਲ ਤਾਂ ਹੁਣ ਉਹ ਕਵੀ ਕੀ ਕਹਿੰਦਾ ਹੈਗਾ ਕਿ ਮੇਰੇ ਤੋਂ ਇਸ ਗੱਲ ਦੀ ਉਮੀਦ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤਰ ਹਾਂ ਪਰ ਮੈਂ ਤੁਹਾਡੇ ਵਾਂਗ ਹੀ ਸੋਹਜਵਾਦੀ ਕਵਿਤਾ ਲਿਖਾਂਗਾ ਜਾਂ ਚਗਲੇ ਹੋਏ ਸਵਾਦ ਜਿਨ੍ਹਾਂ ਦੇ ਵਿੱਚ ਸਿਰਫ ਮਨੋਰੰਜਨ ਦੀ ਗੱਲ ਹੋਵੇਗੀ ਮੈਂ ਇਸ ਤਰ੍ਹਾਂ ਦੀ ਕਵਿਤਾ ਬਿਲਕੁਲ ਹੀ ਨਹੀਂ ਲਿਖਾਂਗਾ ਮੈਂ ਸਿਰਫ ਖੇਤਾਂ ਦੇ ਪੁੱਤਰ ਹੋ ਕੇ ਖੇਤਾਂ ਦੀ ਹੀ ਗੱਲ ਕਰਾਂਗਾ ਤੇ ਅਜਿਹੇ ਜਿਹੜੇ ਸੋਹਜਵਾਦੀ ਕਵਿਤਾ ਹੁੰਦੀਆਂ ਸਿਰਫ ਮਨੋਰੰਜਨ ਕਰਨ ਵਾਲੀ ਕਵਿਤਾ ਹੁੰਦੀ ਆ ਉਹ ਕਹਿੰਦਾ ਉਹਦੇ ਹੜ ਦੇ ਵਿੱਚ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਹੜ ਜਾਂਦੀ ਹੈ ਅਤੇ ਸਾਡੀਆਂ ਧੀਆਂ ਦਾ ਜਿਹੜਾ ਪਵਿੱਤਰ ਜਿਹਾ ਹਾਸਾ ਹੈ ਉਹ ਵੀ ਹੜ ਜਾਂਦਾ ਹੈ ਜੇ ਅਸੀਂ ਸਿਰਫ ਸੋਹਜਵਾਦੀ ਜਿਹੜੀ ਹੈਗੀ ਗੱਲ ਕਰਦੇ ਹੈਗੇ ਕਿ ਸਾਨੂੰ yatharth ਦੀ ਗੱਲ ਕਰਨੀ ਚਾਹੀਦੀ ਹੈਗੀ ਆ ਤਾਂ ਕਵੀ ਕਹਿੰਦਾ ਕਿ ਮੈਂ ਤਾਂ ਖੇਤਾਂ ਦਾ ਪੁੱਤਰ ਹੋ ਕੇ ਸਿਰਫ ਖੇਤਾਂ ਦੀ ਹੀ ਜਿਹੜੀ ਹੈ ਯਥਾਰਥਿਕ ਸਮੱਸਿਆ ਨੂੰ ਪੇਸ਼ ਕਰਾਂਗਾ ਮੈਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿੱਛੇ ਕੇ ਗੰਨਿਆਂ ਦੀ ਗੱਲ ਕਰਾਂਗਾ ਹੁਣ ਅਗਲੇ ਪੈਰਾਗ੍ਰਾਫ ਦੇ ਵਿੱਚ ਕਵੀ ਦੱਸਦਾ ਹੈਗਾ ਵੀ ਹੁਣ ਉਹ ਕਿਹੜੀਆਂ-ਕਿਹੜੀਆਂ ਯਥਾਰਥਿਕ ਗੱਲਾਂ ਕਰਦਾ ਹੈ ਉਹ ਕਹਿੰਦਾ ਵੀ ਜਿਹੜਾ ਜਦੋਂ ਉਸ ਕਿਸਾਨ ਹੈ ਜਿਹੜਾ ਉਸ ਨੂੰ ਜਿਹੜਾ ਹੈ ਸਮੇਂ ਸਿਰ ਉਹਦੇ ਖੇਤ ਲਈ ਖਾਦ ਨਹੀਂ ਮਿਲਦੀ ਫਿਰ ਉਹਦੇ ਨਾਲ ਕੀ ਹੁੰਦਾ ਹੈ ਉਹਦੀਆਂ ਫਸਲਾਂ ਠੀਕ ਢੰਗ ਨਾਲ ਅ ਬੱਦੀਆਂ ਫੁੱਲਦੀਆਂ ਨੇ ਜਿਵੇਂ ਜਿਹੜੇ ਆਪਾਂ ਕਈ ਵਿਕ ਜਿਹੜੀ ਗੰਨੇ ਦੀ ਫਸਲ ਹੈ ਹਨ ਉਹ ਫਿਰ ਗੰਨੇ ਚਿਪਕ ਜਾਂਦੇ ਨੇ ਮਤਲਬ ਉਹ ਉਸ ਤਰ੍ਹਾਂ ਮੋٹے ਨਹੀਂ ਹੁੰਦੇ ਹੈਗੇ ਤਾਂ ਕਵੀ ਕਹਿੰਦਾ ਹੈਗਾ ਕਿ ਮੈਂ ਜਦੋਂ ਵੀ ਗੱਲ ਕਰਾਂਗਾ ਖੇਤਾਂ ਦੇ ਖਾਦ ਦੇ ਘਾਟੇ ਬਾਰੇ ਹੀ ਗੱਲ ਕਰਾਂਗਾ ਜਿਸ ਦੇ ਕਾਰਨ ਜਿਹੜੇ ਗੰਨਿਆਂ ਦੀ ਫਸਲ ਹੈ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਜਾਂਦੇ ਨੇ ਹੁਣ ਇਹਦਾ ਮਤਲਬ ਕੀ ਹੈ ਵੀ ਜਿਹੜਾ ਗਰੀਬ ਵਿਅਕਤੀ ਹੁੰਦਾ ਨਾ ਉਸ ਨੂੰ ਚੰਗੀ ਤਰ੍ਹਾਂ ਪੋਜਨ ਨਹੀਂ ਮਿਲਦਾ ਹੈ ਤੇ ਫਿਰ ਉਹਦੇ ਨਾਲ ਜਿਹੜਾ ਉਹਦਾ ਸਰੀਰ ਹੈ ਪਿੱਚਕ ਜਾਂਦਾ ਹੈ ਉਹ ਵੱਧਦਾ ਫੁੱਲਦਾ ਨਹੀਂ ਹੈਗਾ ਠੀਕ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਫਸਲ ਹੈ ਉਹ ਚੰਗੀ ਠੀਕ ਸਮੇਂ ਤੇ ਖਾਦ ਨਾ ਮਿਲਣ ਕਰਕੇ ਜਿਹੜੀ ਫਸਲ ਹੈ ਉਹ ਵੀ ਵੱਧਦੀ ਫੁੱਲਦੀ ਨਹੀਂ ਹੈ ਕਵੀ ਕਹਿੰਦਾ ਹੈ ਵੀ ਮੈਂ ਉਸ ਘਾਟੇ ਦੀ ਗੱਲ ਕਰਾਂਗਾ ਮੈਂ ਦਲਾਂ ਦੇ ਖੁੰਜੇ 'ਚ ਪਈ ਸੋਣੀ ਦੀ ਫਸਲ ਤੇ ਦਲਾਂ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ ਹੁਣ ਅਗਲੀ ਗੱਲ ਕੀ ਕਹੀ ਉਹਨੇ ਕਿ ਮੈਂ ਗੱਲ ਕਰਾਂਗਾ ਕਿ ਸੋਣੀ ਦੀ ਜੋ ਫਸਲ ਹੈ ਆਈ ਹੋਈ ਆ ਉਸ ਦੀ ਜਿਹੜੀ ਹੈ ਮਾਰਕੀਟ ਦੇ ਵਿੱਚ ਉਸ ਢੰਗ ਨਾਲ ਖਰੀਦ ਨਹੀਂ ਹੁੰਦੀ ਜਾਂ ਫਿਰ ਉਸ ਦਾ ਉਸ ਨੂੰ ਪੂਰਾ ਮੁੱਲ ਨਹੀਂ ਮਿਲਦਾ ਮੈਂ ਇਸ ਗੱਲ ਦੀ ਗੱਲ ਕਰਾਂਗਾ ਅਤੇ ਜਾਂ ਫਿਰ ਦਹਲਾਨ ਦੇ ਬੂਹੇ ਤੇ ਖੜੇ ਸਿਆਲ ਰੁੱਤ ਦੀ ਗੱਲ ਕਰਾਂਗਾ ਤੇ ਉਹ ਕਹਿੰਦਾ ਹੈਗਾ ਵੀ ਮੈਂ ਸਿਰਫ ਯਥਾਰਥ ਦੀਆਂ ਗੱਲਾਂ ਕਰਾਂਗਾ ਤੇ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖੇਡਣ ਵਾਲੀ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਪਿੰਡਾਂ ਦੀਆਂ ਕੁੜੀਆਂ ਦੇ ਨਾਂ ਕੋ ਨਾਂ ਤਰਾਂਗਾ ਹੁਣ ਨਾਂ ਕ ਨਾਂ ਕੀ ਹੁੰਦੇ ਨੇ ਵੀ ਕਿਸੇ ਨੂੰ ਗਲਤ ਨਾਂ ਦੇ ਨਾਲ ਪੁਕਾਰਨਾ ਤਾਂ ਉਹ ਵੀ ਕਹਿੰਦਾ ਵੀ ਮੈਂ ਸਿਰਫ ਸਰਦੀ ਆਉਣ ਵਾਲੀ ਆ ਤੇ ਸਰਦੀ ਰੁੱਤ ਵਿੱਚ ਆਉਣ ਵਾਲੀਆਂ ਯਥਾਰਥਿਕ ਸਮੱਸਿਆਵਾਂ ਦੀ ਤਾਂ ਗੱਲ ਕਰਾਂਗਾ ਪਰ ਮੈਂ ਟੋਕਾਂ ਵਾਂਗ ਇਸ ਤਰ੍ਹਾਂ ਨਹੀਂ ਕਰਾਂਗਾ ਵੀ ਸਰਦੀ ਦੀ ਰੁੱਤ ਵਿੱਚ ਸੋਹਣੇ ਸੋਹਣੇ ਫੁੱਲ ਖਿੜਦੇ ਨੇ ਤੇ ਫਿਰ ਉਹਨਾਂ ਫੁੱਲਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਵੱਖੋ ਵੱਖਰੇ ਨਾਂ ਧਰਾਂਗਾ ਮੈਂ ਅਜਿਹਾ ਕੰਮ ਨਹੀਂ ਕਰਾਂਗਾ ਮੈਂ ਸਿਰਫ ਯਥਾਰਥ ਦੀ ਹੀ ਗੱਲ ਕਰਾਂਗਾ ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਚਾਂ ਸਰਪੰਚ ਦੀ ਥਾਣੇ ਤੰਕ ਲੰਬੀ ਪੂੰਛ ਦੀ ਤੇ ਉਸ ਪੂਰੇ ਚਿੜੀਆ ਕਰਦੀ ਜੋ ਮੈਂ ਆਪਣੇ ਹਿੱਕ ਉੱਤੇ ਪਾਲ ਰੱਖਿਆ ਹੈ ਜਾਂ ਉਸ ਅਜਾਇਬ ਕਰਦੀ ਜੋ ਮੈਂ ਆਪਣੇ ਹਿੱਕ ਅੰਦਰ ਸਾਮ ਰੱਖਿਆ ਹੈ ਜਾਂ ਇਦਾਂ ਦੀ ਹੀ ਕੋਈ ਕਰੜਵੜੀ ਗੱਲ ਕਰਾਂਗਾ ਹੁਣ ਅਗਲੀਆਂ ਲਾਈਨਾਂ ਦੇ ਵਿੱਚ ਵੀ ਕਵੀ ਆਪਣੇ ਬਾਰੇ ਦੱਸਦਾ ਹੈ ਕਿ ਮੈਂ ਕੋਈ ਕਿਸੇ ਦੇ ਦਿਲ ਪ੍ਰਚਾਵਾ ਕਰਨ ਵਾਲੀਆਂ ਕਵਿਤਾਵਾਂ ਨਹੀਂ ਲਿਖਦਾ ਮੈਂ ਤਾਂ ਸਿਰਫ ਯਥਾਰਥ ਦੀਆਂ ਗੱਲਾਂ ਕਰਦਾ ਹੈਗਾ ਤੇ ਉਹ ਕਹਿੰਦਾ ਹੈ ਕਿ ਮੈਂ ਆਪਣੀ ਕਵਿਤਾ ਦੇ ਵਿੱਚ ਬੈਂਕ ਦੇ ਲਾਲਚੀ ਸੈਕਟਰੀ ਤੇ ਉਸ ਦੀਆਂ ਖਚਰੀਆਂ ਮੁੱਛਾਂ ਤੇ ਸਰਪੰਚ ਦੀ ਥਾਣੇ ਤੱਕ ਪਹੁੰਚ ਰੱਖਣ ਵਾਲੀ ਲੰਬੀ ਪੂਛ ਦੀ ਗੱਲ ਕਰਾਂਗਾ ਜਾਂ ਫਿਰ ਚਿੜੀਆਂ ਘਰ ਦੇ ਖੂਖਾਰ ਕੁਝ ਕਾਰੰਦਨ ਵੀ ਜਿਹੜੇ ਬੜੇ ਖਤਰਨਾਕ ਜਾਨਵਰ ਹੁੰਦੇ ਨੇ ਅ ਉਹਦੇ ਵਿੱਚ ਹੁੰਦੇ ਨੇ ਤਾਂ ਉਹ ਕਹਿੰਦਾ ਵੀ ਮੈਂ ਉਹਨਾਂ ਵਰਗੇ ਬਦਮਾਸ਼ ਜਿਹੜੇ ਇਹਨਾਂ ਲੋਕਾਂ ਨੇ ਪਾਲੇ ਹੁੰਦੇ ਨੇ ਪਹੁੰਚ ਵਾਲੇ ਲੋਕਾਂ ਨੇ ਪਾਲੇ ਹੁੰਦੇ ਨੇ ਆਪਣਾ ਖਰਚ ਕਰਕੇ ਠੀਕ ਹੈ ਤੇ ਜਾਂ ਫਿਰ ਉਸ ਦੇ ਅਜਾਇਬ ਕਰਦੀ ਜਾਂ ਇਹੋ ਜਿਹੀ ਕੋਈ ਅ ਇਹਨਾਂ ਲੋਕਾਂ ਨੂੰ ਆਮ ਲੋਕਾਂ ਨੂੰ ਕੋਈ ਨਾ ਕੋਈ ਵਕਤ ਪਾਉਣ ਵਾਲੀ ਆਮ ਲੋਕਾਂ ਨੂੰ ਸਤਾਉਣ ਵਾਲੀ ਕੋਲ ਨਾ ਕੋਈ ਸਕਰੜ ਵਰੜੀ ਜਾਂ ਸਖਤ ਰੁੱਖੀ ਗੱਲ ਹੀ ਕਰਾਂਗਾ ਵੀ ਮੈਂ ਕੋਈ ਮਨੰਜਨ ਵਾਲੀਆਂ ਕਵਿਤਾਵਾਂ ਨਹੀਂ ਲਿਖਾਂਗਾ। ਮੇਰੇ ਲਈ ਦਿਲ ਤਾਂ ਬਸ ਇੱਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ। ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਰੋਟੀ ਜਹੀ ਲੱਜਤ ਹੈ। ਲੱਜਤ ਹੁੰਦਾ ਸਵਾਦ। ਤਾਂ ਹੁਣ ਕਵੀ ਦੱਸਦਾ ਹੈਗਾ ਵੀ ਮੇਰੇ ਲਈ ਜਿਹੜੀਆਂ ਦਿਲ ਵਗੈਰਾ ਦੀਆਂ ਗੱਲਾਂ ਨੇ ਹਨਾ ਜੋ ਆਮ ਕਵੀ ਕਰਦੇ ਨੇ ਜਾਂ ਗੀਤਾਂ ਚ ਹੁੰਦੀਆਂ ਨੇ ਕਹਿੰਦਾ ਵੀ ਮੇਰੇ ਲਈ ਇਹ ਗੱਲਾਂ ਬਿਲਕੁਲ ਅਰਥ ਨਹੀਂ ਰੱਖਦੀਆਂ ਕਹਿੰਦਾ ਮੇਰੇ ਲਈ ਦਿਲ ਇੱਕ ਪਾਨ ਦੇ ਪੱਤੇ ਦੀ ਸ਼ਕਲ ਦਾ ਮਾਸ ਦਾ ਲੋਥੜਾ ਹੈ ਮਾਸ ਦਾ ਟੁਕੜਾ ਹੈ ਤੇ ਮੇਰੇ ਲਈ ਹੁਸਨ ਹੁਸਨ ਨਾ ਸੁੰਦਰਤਾ ਵੀ ਕਿਸੇ ਦੀ ਸੁੰਦਰਤਾ ਮੇਰੇ ਲਈ ਸਿਰਫ ਤੇ ਸਿਰਫ ਜਿਵੇਂ ਇੱਕ ਆਮ ਗਰੀਬ ਵਿਅਕਤੀ ਹੈ ਮੱਕੀ ਦੀ ਰੋਟੀ ਦੇ ਉੱਤੇ ਲੂਣ ਭੁੱਕੇ ਖਾ ਲੈਂਦਾ ਹੈ ਤੇ ਉਸ ਨੂੰ ਉਹ ਬੜੀ ਚੰਗੀ ਲੱਗਦੀ ਹੈ ਕਾਰਨ ਹੈ ਕਿ ਉਹਦੇ ਨਾਲ ਦੀ ਭੁੱਖ ਦੂਰ ਹੋ ਜਾਂਦੀ ਹੈ ਕਹਿੰਦਾ ਬਸ ਮੇਰੇ ਲਈ ਤਾਂ ਸਿਰਫ ਇਸ ਸੁੰਦਰਤਾ ਦਾ ਇੰਨਾ ਕੁ ਹੀ ਭਾਵ ਹੈ ਇੰਨਾ ਕੁ ਹੀ ਅਰਥ ਹੈ ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੋਕ-ਲੁੱਕ ਕੇ ਪੀਣ ਦੀ ਕੋਸ਼ਿਸ਼ ਹੈ ਹੁਣ ਕਵੀ ਕਹਿੰਦਾ ਵੀ ਜਿਹੜੀ ਜ਼ਿੰਦਗੀ ਹੈ ਆਮ ਮਨੁੱਖ ਲਈ ਉਹ ਇਹ ਆਪਣੀ ਗੱਲ ਨਹੀਂ ਕਰ ਰਿਹਾ ਅਸਲ ਵਿੱਚ ਤਾਂ ਉਹ ਆਮ ਲੋਕਾਂ ਦੀ ਗੱਲ ਕਰ ਰਿਹਾ ਹੈਗਾ ਵੀ ਉਹਨਾਂ ਦੇ ਲਈ ਜਿਹੜੀ ਜ਼ਿੰਦਗੀ ਹੈ ਉਹ ਘਰ ਦੀ ਸ਼ਰਾਬ ਵਰਗੀ ਹੈ ਹੁਣ ਕਿਉਂ ਘਰ ਦੀ ਸ਼ਰਾਬ ਜਿਹੜੀ ਹੈਗੀ ਆ ਉਹ ਕੱਢਣੀ ਗੈਰਕਾਨੂੰਨੀ ਮੰਨੀ ਗਈ ਆ ਫਿਰ ਉਸ ਨੂੰ ਕੀ ਕੀਤਾ ਜਾਂਦਾ ਲੋਕੇ ਕੱਢੀ ਜਾਂਦੀ ਆ ਤੇ ਲੋਕੇ ਹੀ ਪੀਤੀ ਜਾਂਦੀ ਆ ਤਾਂ ਕਹੋ ਵੀ ਕਹਿੰਦਾ ਵੀ ਮੇਰੇ ਲਈ ਜਿਹੜੀ ਜ਼ਿੰਦਗੀ ਹੈ ਉਹ ਘਰ ਦੀ ਸ਼ਰਾਬ ਵਰਗੀ ਹੈ ਜਿਸ ਨੂੰ ਫਿਰ ਮੈਨੂੰ ਲੋਕ ਲੋਕ ਕੇ ਪੀਣਾ ਪੈਂਦਾ ਹੈ ਕੋਈ ਸ਼ਹਿਸ਼ ਹਾਂ ਦਾ ਵਸਤੂ ਮੇਰੇ ਤੋਂ ਆਸਨਾ ਕਰਿਓ ਕਿ ਮੈਂ ਖਰਬੂਜ ਵਾਂਗ ਰੋਈਆਂ ਦੀ ਕੁਲੀ ਮਹਿਕ ਨੂੰ ਪੋਲੇ ਜਿਹਾ ਸੁੰਗਾਂ ਹੁਣ ਉਹ ਕਹਿੰਦਾ ਹੈ ਵੀ ਮੇਰੇ ਦੇ ਮੇਰੇ ਵਿੱਚ ਅਜਿਹੀ ਕੋਈ ਆਦਤ ਨਹੀਂ ਹੈ ਮੈਨੂੰ ਤੇ ਕੋਈ ਇਹ ਜਹੀ ਆਸ ਨਾ ਕੀਤੀ ਜਾਵੇ ਕਿ ਮੈਂ ਖਰਗੋਸ਼ ਵਾਂਗ ਰੋਹੀਆਂ ਦੀ ਕੁਲੀ ਮਹਿਕ ਨੂੰ ਪੋਲੇ-ਪੋਲੇ ਜੇ ਸੁਂਗਦਾ ਫਿਰਾਂ। ਭਾਵ ਡਰ-ਡਰ ਕੇ ਆਪਣਾ ਜੀਵਨ ਬਤਾਵਾ ਵੀ ਮੈਂ ਕੋਈ ਕਿਸੇ ਦੀ ਸਮਝ ਲੋ ਖੁਸ਼ਾਮਦ ਨਹੀਂ ਕਰਨਾ ਚਾਹੁੰਦਾ ਕਹਿਣਾ ਦਾ ਭਾਵੇਂ ਇੱਥੇ ਇਹ ਹੈਗਾ। ਠੀਕ ਹੈ ਵੀ ਡਰ-ਡਰ ਕੇ ਨਹੀਂ ਜਿਉਣਾ ਚਾਹੁੰਦਾ ਹੈਗਾ। ਜੋ ਮੇਰੇ ਮਨ ਦੇ ਅੰਦਰ ਭਾਵਨਾ ਹੈ ਮੈਂ ਉਸ ਨੂੰ ਸਿੱਧਾ ਹੀ ਪ੍ਰਗਟ ਕਰਦਾ ਹੈਗਾ। ਕਿਸ ਤਰ੍ਹਾਂ ਹਰ ਕਾਸੇ ਨੂੰ ਜੋਤਾਂ ਲੱਗੇ ਹੋਏ ਬੜਦਾਂ ਦੇ ਵਾਂਗ ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆਂਗਾ। ਹੁਣ ਇਹਨਾਂ ਲਾਈਨ ਦਾ ਮਤਲਬ ਕੀ ਹੈਗਾ ਕਿ ਜਿਵੇਂ ਆਪਾਂ ਕਹਨੇ ਆਂ ਵੀ ਗੱਲ ਕਹਿ ਦੇਣੀ ਆ ਭਾਈ ਮੈਂ ਤਾਂ ਸੱਚ ਬੋਲਣਾ ਕਿਸੇ ਦੇ ਗਿੱਟੇ ਲੱਗੇ ਚਾਹੇ ਗੋਟੜੇ ਲੱਗੇ ਤਾਂ ਉਹ ਕੀ ਕਹਿੰਦਾ ਵੀ ਮੈਂ ਹਰ ਸਮੱਸਿਆ ਨੂੰ ਕਾਸੇ ਦਾ ਮਤਲਬ ਹੈ ਹਰ ਕਿਸੇ ਹਰ ਕਿਸੇ ਚੀਜ਼ ਨੂੰ ਜਾਂ ਫਿਰ ਹਰ ਕਿਸੇ ਸਮੱਸਿਆ ਨੂੰ ਕਹਿੰਦਾ ਮੈਂ ਕਿਸ ਤਰੀਕੇ ਨਾਲ ਹੱਲ ਕਰਦਾ ਹਾਂ ਜਾਂ ਉਸ ਦੇ ਬਾਰੇ ਕੀ ਕਹਿੰਦਾ ਹੈਗਾ ਕਹਿੰਦਾ ਜਿਸ ਤਰ੍ਹਾਂ ਜਿਹੜਾ ਹੈ ਇੱਕ ਬੜਦ ਹੈ ਜੋਤ ਲੱਗੇ ਬੜਦ ਦਾ ਮਤਲਬ ਇਹ ਹੈ ਕਿ ਜੋਤਾਂ ਹੁੰਦਾ ਬਿਟ ਬਿਟ ਵੈਸੇ ਇੱਕ ਪਹਿਰ ਜਿਹੜਾ ਦਿਨ ਦਾ ਇੱਕ ਭਾਗ ਹੈ ਤੇ ਪ੍ਰਾਣੇ ਜਵਨ ਜਵਨ ਦੇ ਵਿੱਚ ਕੀ ਹੋ ਜਾਂਦਾ ਸੀ ਵੀ ਜੇ ਦਿਹਾੜੀ ਮਤਲਬ ਆਪਾਂ ਕਿਸੇ ਨੂੰ ਮਜ਼ਦੂਰ ਲਾਉਨੇ ਆਂ ਪੂਰੀ ਦਿਹਾੜੀ ਲਾਉਣਾ ਦਿਹਾੜੀ ਕਿਹਾ ਜਾਂਦਾ ਤੇ ਜੇਕਰ ਉਹ ਅੱਧੀ ਦਿਹਾੜੀ ਲਾਉਂਦਾ ਉਸ ਨੂੰ ਜੋਤਾਂ ਕਿਹਾ ਜਾਂਦਾ ਠੀਕ ਹੈ ਤਾਂ ਵੀ ਜਿਹੜਾ ਬਲਦ ਹੈਗਾ ਉਹ ਜੇਕਰ ਇੱਕ ਅੱਧੀ ਦਿਹਾੜੀ ਪੂਰਾ ਕੰਮ ਕਰੇ ਮਿਹਨਤ ਕਰਕੇ ਆਉਂਦਾ ਹੈ ਤਾਂ ਫਿਰ ਥੱਕ ਜਾਂਦਾ ਹੈ ਜਾਂ ਭੁੱਖਾ ਵੀ ਹੁੰਦਾ ਫਿਰ ਕੀ ਕਰਦਾ ਹੈ ਜਦੋਂ ਖਿਰਲੂ ਤੇ ਜਾਂਦਾ ਹੈ ਤਾਂ ਸਿੱਧਾ ਹੀ ਹਾ ਬੜਿਆ ਵਾਂ ਖਾਣ ਲੱਗ ਜਾਂਦਾ ਹੈ ਤੇ ਉਸ ਨੂੰ ਇੱਧਰ ਉੱਧਰ ਦੀ ਕੋਈ ਫਿਕਰ ਨਹੀਂ ਹੁੰਦੀ ਉਹ ਸਿਰਫ ਆਪਣਾ ਪੇਟ ਭਰਨ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਹੀ ਕਵੀ ਕਹਿੰਦਾ ਵੀ ਮੈਂ ਤਾਂ ਹਰੇਕ ਸਮੱਸਿਆ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਬਿਆਨ ਕਰ ਦਿੰਦਾ ਹਾਂਗਾ ਜਿਸ ਤਰ੍ਹਾਂ ਜਿਹੜਾ ਭੁੱਖਾ ਬਲਦਾ ਹੈ ਸਿੱਧਾ ਹੀ ਜਾ ਕੇ ਖੁਰਲੀ ਉੱਤੇ ਆਪਣਾ ਚਾਰਾ ਖਾਣ ਲੱਗ ਜਾਂਦਾ ਹੈਗਾ ਵੀ ਮੈਂ ਬੰਗਵਾਲ ਪਾ ਕੇ ਆਪਣੀ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਮੈਂ ਜੱਟਾਂ ਦੇ ਸਾਥ ਹੋਣ ਤੋਂ ਉਰਾਂ ਦਾ ਸਫ਼ਰ ਹਾਂ ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋ ਹਾਂ ਮੈਂ ਟੁੰਡੇ ਹਾਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ ਜੋ ਪਿੰਡੇ ਵਖਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ ਅਗਲਾ ਪੈਰਾਗ੍ਰਾਫ ਕੀ ਕਹਿੰਦਾ ਹੈ ਮੈਂ ਜੱਟਾਂ ਦੇ ਸਾਥ ਹੋਣ ਤੋਂ ਉਰਾਂ ਦਾ ਸਫ਼ਰਾਂ ਉਰਾਂ ਹੁੰਦਾ ਆਪਾਂ ਕਹਿੰਦੇ ਬਿਲਕੁਲ ਨੇੜੇ ਉਰਾਂ ਤੇ ਪਰਾਂ ਮਤਲਬ ਇਹ ਸਾਡੇ ਆਪੋਜ਼ਿਟ ਸ਼ਬਦ ਨੇ ਜੋ ਅਸੀਂ ਪੰਜਾਬੀ ਅ ਆਮ ਬੋਲੀ ਦੇ ਵਿੱਚ ਬੋਲਦੇ ਹਾਂ ਉਰਾ ਕਹਾਣੀ ਕਹਿੰਦੇ ਹੈਗੇ ਵੀ ਨੇੜੇ ਨੂੰ ਜਿਹੜਾ ਹੈ ਨਾ ਉਹ ਕਹਿੰਦਾ ਵੀ ਮੈਂ ਕਿਸਾਨ ਲੋਕ ਨੇ ਜਿਹੜੇ ਉਹ ਆਪਣੀਆਂ ਤੰਗੀਆਂ ਤੋਂ ਦੁਖੀ ਹੋ ਕੇ ਜਦੋਂ ਸਾਧ ਹੋਣਾ ਚਾਹੁੰਦੇ ਹੁਣ ਉਹਨਾਂ ਦੇ ਵਿਚਾਰ ਲਈ ਕਿਸੇ ਦਿਸ਼ਾ ਦਾ ਸਫਰ ਹਾਂ ਵੀ ਉਸ ਉਹਨਾਂ ਦੇ ਜਿਹੜੇ ਵਿਚਲੀ ਵਿਚਲਾ ਸਮਾਂ ਹੈ ਵੀ ਕਿਸਾਨ ਨੇ ਫਿਰ ਉਹ ਆਪਣੀ ਇਸ ਆਰਥਿਕ ਮੰਦ ਹਾਲੀ ਤੋਂ ਇੰਨੇ ਕੁ ਦੁਖੀ ਹੋ ਜਾਂਦੇ ਨੇ ਉਹ ਕਹਿੰਦੇ ਮੈਂ ਸਾਧ ਹੋ ਜਾਵਾਂ ਕਹਿੰਦਾ ਮੈਂ ਉਹਨਾਂ ਦੇ ਵਿਚਾਰ ਲੈ ਇੱਕ ਸਫਰ ਹੈਗਾ ਭਾਵ ਉਸ ਦੁੱਖ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਇਹਨੂੰ ਆਪਾਂ ਹੁਣ ਦੇ ਸੰਦਰਭ ਨਾਲ ਵੀ ਜੋੜ ਸਕਦੇ ਹੈਗੇ ਵੀ ਜਿਹੜੇ ਕਿਸਾਨ ਨੇ ਉਹ ਖੁਦਕਸ਼ੀਆਂ ਕਰ ਰਹੇ ਹੈਗੇ ਨੇ ਹਨ ਤਾਂ ਇਸ ਤਰ੍ਹਾਂ ਕਵੀ ਕਹਿੰਦਾ ਹੈਗਾ ਵੀ ਮੈਂ ਉਹਨਾਂ ਦੀ ਤੰਗੀ ਦੀ ਗੱਲ ਕਰ ਸਕਦਾ ਹੈਗਾ ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਹ ਲੋਹ ਹੁੰਦਾ ਰੌਸ਼ਨੀ ਹੁਣ ਜਿਹੜਾ ਬੁੱਢਾ ਮੋਚੀ ਹੈ ਜੁੱਤੀਆਂ ਗੰਡਣ ਵਾਲਾ ਹੈ ਉਸ ਦੀ ਜਿਹੜੀ ਹੈਗੀ ਆ ਇਸ ਕੰਮ ਕਰਦਿਆਂ ਹੀ ਆਪਣੇ ਉਹਦੀ ਅੱਖਾਂ ਦੀ ਲੋ ਵੀ ਖਤਮ ਹੋ ਜਾਂਦੀ ਹੈਗੀ ਆ ਵਿਚਾਰੇ ਦੀ ਜਿਹੜੀ ਹੈ ਆਰਥਿਕ ਅਵਸਥਾ ਨਹੀਂ ਸੁਧਰਦੀ ਤੇ ਕਵੀ ਕਹਿੰਦਾ ਮੈਂ ਅਜਿਹੇ ਲੋਕਾਂ ਦੀ ਜਿਹੜੀ ਭਾਵਨਾ ਹੈ ਉਸ ਦੀ ਵੀ ਕਵਿਤਾ ਕਹਿਣੀ ਚਾਹੁੰਦਾ ਹੈਗਾ ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ ਚੱਪਾ ਹੁੰਦਾ ਚੌਥਾ ਪາກ ਠੀਕ ਹੈ ਤਾਂ ਕਵੀ ਕਹਿੰਦਾ ਹੈ ਕਿ ਮੈਂ ਕਿਸੇ ਅਜਿਹੇ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦਾਂ ਜਿਸ ਨੇ ਸਮੇਂ ਦੇ ਪਿੰਡੇ ਉੱਤੇ ਅਜੇ ਇਕਵਲ ਇਕ ਚੌਥਾਈ ਸਮਾਂ ਹੀ گزارਿਆ ਹੈ ਹੁਣ ਜਿਹੜਾ ਟੁੰਡੇ ਦਾ ਸ਼ਬਦ ਅਰਥ ਕੀ ਹੁੰਦਾ ਬੇਟਾ ਜਿਸ ਦਾ ਹੱਥ ਜਿਹੜਾ ਹੈ ਉਹਨੇ ਕਿਹਾ ਵੀ ਜੰਗ ਦੇ ਵਿੱਚ ਉਹਦਾ ਹੱਥ ਉਹ ਕੱਟਿਆ ਗਿਆ ਹਨ ਉਸ ਨੂੰ ਅਸੀਂ ਟੁੰਡਾ ਕਹਿੰਦੇ ਹਾਂ ਜਿਹਦਾ ਹੱਥ ਨਾ ਹੋਵੇ ਹਨ ਵੀ ਉਹ ਯੰਗ ਦੇ ਵਿੱਚ ਲੜਦਿਆਂ ਹੋਇਆ ਉਹਦਾ ਹੱਥ ਕੱਟਿਆ ਗਿਆ ਤੇ ਉਸ ਨੇ ਆਪਣਾ ਜੀਵਨ ਕਿਵੇਂ ਗੁਜ਼ਾਰਿਆ ਮੈਂ ਉਸ ਦੀ ਵੀ ਗੱਲ ਕਰ ਸਕਦਾ ਹੈਗਾ ਤੇ ਮੇਰੀ ਕਲਪਨਾ ਉਸ ਲੋਹਾਰ ਦੇ ਥਾਂ-ਥਾਂ ਤੋਂ ਲੂਸੇ ਹੋਏ ਮਾਸ ਵਰਗੀ ਹੈ ਜੋ ਬੇਰਹਿਮ ਅਸਮਾਨ ਤੋਂ ਖਿਜਿਆ ਰਹੇ ਇੱਕ ਹਵਾ ਦੇ ਬੁੱਲੇ ਰਹੀ ਰਾਹੀ ਲਈ ਸੌਰੀ ਜਿਹਦੇ ਹੱਥ ਵਿੱਚਲਾ 14 ਦਾ ਫਾੜਾ ਕਦੀ ਤਲਵਾਰ ਬਣ ਜਾਵੇ ਤੇ ਕਦੀ ਬਸ ਪੰਡਿਆਂ ਦੀ ਪੱਠਿਆਂ ਦੀ ਪੰਡ ਹੀ ਰਹਿ ਜਾਵੇ ਹੁਣ ਅਗਲੀ ਨਾਲ ਇਹਨਾਂ ਦੇ ਵਿੱਚ ਦੱਸਿਆ ਹੈਗਾ ਵੀ ਮੈਂ ਕبھی ਦੱਸਦਾ ਵੀ ਜਿਹੜੀ ਮੇਰੀ ਕਲਪਨਾ ਹੈ ਉਸ ਦੇ ਵਿੱਚ ਜਿਹੜਾ ਇੱਕ ਲੋਹਾਰ ਵੀ ਆਉਂਦਾ ਹੈ ਜਿਹੜਾ ਆਪਣਾ ਜਿਹੜਾ ਹੈ ਸਮਾਂ ਉਹ ਕੀ ਕਰਦਾ ਹੈ ਵੀ ਐਰਨ ਦੇ ਉੱਤੇ ਵੱਖੋ-ਵੱਖਰੇ ਸੰਦ ਬਣਾਉਂਦਾ ਹੈ ਲੋਹੇ ਦੇ ਕਿਸਾਨਾਂ ਦੀ ਹੈਲਪ ਦੇ ਵਾਸਤੇ ਜਿਹਦੇ ਵਿੱਚ ਆਹ 14 ਦਾ ਫਲ ਆ ਚੌਦਹ ਫਾਲਾ ਕੀ ਹੁੰਦਾ ਜਿਹੜਾ ਹਾਲ ਚਲਾਉਂਦਾ ਕਿਸਾਨ ਹਨ ਹਾਲ ਦੇ ਅੱਗੇ ਜਿਹੜਾ ਲੋਹੇ ਦਾ ਭਾਗ ਲੱਗਿਆ ਹੁੰਦਾ ਉਹਨੂੰ ਹਾਰ ਫਾਲਾ ਕਹਿੰਦੇ ਨੇ ਤੇ ਫਿਰ ਉਸ ਨੂੰ ਤਿੱਖਾ ਕਰਨਾ ਪੈਂਦਾ ਉਹ ਐਰਨ ਦੇ ਉੱਤੇ ਕਰਦਾ ਹੈ ਜਿਹੜਾ ਕਿਸਾਨ ਹੈ ਤੇ ਫਿਰ ਜਿਹੜਾ ਕਿਸਾਨ ਜਦੋਂ ਐਰਨ ਚਲਾਉਂਦਾ ਹੈ ਪੱਠੀ ਹੈ ਗਰਮ ਹੈ ਉਹਦੇ ਵਿੱਚੋਂ ਜੋ ਤਾਪਸ਼ ਨਿਕਲਦੀ ਹੈ ਉਹਦੇ ਕਰਕੇ ਉਹਦਾ ਜਿਹੜਾ ਲੋਹਾਰ ਦਾ ਜਿਹੜਾ ਥਾਂ ਮਾਸ ਹੈ ਹਨਾ ਹੱਥ ਜਿਵੇਂ ਆਪਾਂ ਕਹਿੰਦੇ ਨੇ ਜਲ ਜਾਂਦੇ ਨੇ ਚੁਲਸੇ ਜਾਂਦੇ ਨੇ ਕਿਸੇ ਤਰੀਕੇ ਲੂਸੇ ਦਾ ਮਤਲਬ ਹੁੰਦਾ ਚੁਲਸੇ ਜਾਣਾ ਉਹਦੇ ਜਿਹੜਾ ਚੁਲਸਿਆ ਹੈ ਮਾਸ ਹੈ ਕਹਿੰਦਾ ਮੇਰੀ ਕਲਪਨਾ ਉਸ ਲਹਾਰ ਦੇ ਉਸ ਦੇ ਹੱਥਾਂ ਤੋਂ ਥਾਂ ਥਾਂ ਤੋਂ ਚੁਲਸੇ ਹੈ ਮਾਸ ਵਰਗੀ ਹੈ ਤੇ ਉਹ ਵਿਅਕਤੀ ਜਿਹੜਾ ਉਹ ਲੋਹਾਰ ਹੈ ਜਿਹੜਾ ਕਹਿੰਦਾ ਬੇਰਹਿਮ ਸਮਾਂ ਤੋਂ ਖਿਜਿਆ ਹੋਇਆ ਹੈ ਮਤਲਬ ਗਰਮੀ ਦੇ ਵਿੱਚ ਦੁਖੀ ਹੋਇਆ ਹੋਇਆ ਹੈਗਾ ਤੇ ਉਹ ਤਰਸਦਾ ਵੀ ਕਿਸੇ ਪਾਸੇ ਹਵਾ ਦਾ ਬੁੱਲਾ ਆ ਜਾਵੇ ਤੇ ਫਿਰ ਉਹਦੇ ਹੱਥ ਵਿੱਚਲਾ ਜਿਹੜਾ 14 ਦਾ ਫੜਾ ਹੈ ਉਹ ਕਦੇ-ਕਦੇ ਤਾਂ ਤਲਵਾਰ ਵੀ ਬਣ ਜਾਂਦਾ ਹੈ ਕਦੇ-ਕਦੇ ਮਜਬੂਰੀ ਬਸ ਪੱਠਿਆਂ ਦੀ ਪੰਡ ਵੀ ਬਣ ਕੇ ਰਹਿ ਜਾਂਦਾ ਹੈ ਕਹਿਣ ਦਾ ਭਾਵ ਕੀ ਹੈ ਉਸਦਾ ਜੀਵਨ ਵੀ ਮਜਬੂਰੀਆਂ ਦੇ ਵਿੱਚ ਹੀ ਲੰਘਦਾ ਹੈ ਤੇ ਕਵੀ ਅਜਿਹੇ ਲੋਕਾਂ ਦੀ ਕਵਿਤਾ ਕਹਿਣਾ ਚਾਹੁੰਦਾ ਹੈ ਮੈਂ ਹੁਣ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ ਮੈਂ ਭਾਂਡੇ ਮਾਂ ਦੀ ਚੀਰੀ ਦੀਆਂ ਉਂਗਲਾਂ 'ਚੋਂ ਸਿੰਮ ਦਾ ਰਾਗ ਹਾਂ ਕੇਵਲ ਹੁਣ ਚੀਰੀ ਦਾ ਮਤਲਬ ਹੈ ਝੂਰ ਦੀ ਪਤਨੀ ਚੀਰੀ ਠੀਕ ਹੈ ਤਾਂ ਉਹ ਕਹਿੰਦਾ ਹੈਗਾ ਵੀ ਮੈਂ ਤੁਹਾਡੀਆਂ ਖੁਸ਼ੀਆਂ ਦੇ ਲਈ ਤੁਹਾਨੂੰ ਸਿਰਫ ਤੁਹਾਡਾ ਮਨੋਰੰਜਨ ਕਰਨ ਦੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਬਣ ਸਕਦਾ ਹੈਗਾ ਮੈਂ ਜੋ ਕਵਿਤਾ ਲਿਖਣੀ ਚਾਹੁੰਨਾ ਹੈਗਾ ਤੁਹਾਡਾ ਮਨੋਰੰਜਨ ਕਰਨੀ ਨਹੀਂ ਲਿਖ ਸਕਦਾ ਮੇਰੇ ਮਨ ਦੇ ਵਿੱਚ ਤਾਂ ਇਹ ਭਾਵ ਨੇ ਕਿ ਮੈਂ ਕਿਸੇ ਉਸ ਔਰਤ ਦੀਆਂ ਉਂਗਲਾਂ ਦੇ ਵਿੱਚੋਂ ਸਿੰਮ ਦਾ ਰਾਗ ਹਾਂ ਜਿਹੜੀ ساری ਜ਼ਿੰਦਗੀ ਲੋਕਾਂ ਦੇ ਭਾਂਡੇ ਮਾਂਸ ਦੀ ਹੈਗੀ ਆ ਤੇ ਆਪਣਾ ਜੀਵਨ ਬਸਰ ਕਰਦੀ ਹੈਗੀ ਆ ਤੇ ਇਸ ਤਰ੍ਹਾਂ ਜਿਹੜਾ ਕਵੀ ਹੈਗਾ ਉਹ ਕਹਿੰਦਾ ਹੈਗਾ ਕਿ ਮੈਂ ਪਿੰਡ ਦੇ ਕਿਸਾਨੀ ਜੀਵਨ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈਗਾ ਤੇ ਕਵਿਤਾ ਦੇ ਵਿੱਚ ਮੈਂ ਅਜਿਹੀ ਹੀ ਗੱਲ ਕਰਾਂਗਾ ਅਗਲੇ ਪੈਰੇ ਦੇ ਵਿੱਚ ਫਿਰ ਕਵੀ ਕੀ ਕਹਿੰਦਾ ਹੈ ਮੇਰੇ ਕੋਲ ਸੋਹਜ ਦੀ ਉਸ ਸੁਪਨ ਸੀਮਾ ਤੋਰੇ ਹਾਲਾਂ ਕਰ ਨੂੰ ਬਹੁਤ ਗੱਲਾਂ ਹੁਣ ਕਵੀ ਆਪਣੇ ਪਾਠਕਾਂ ਅਤੇ ਆਲੋਚਕਾਂ ਨੂੰ ਦੱਸਦਾ ਹੈਗਾ ਵੀ ਮੇਰੇ ਕੋਲ ਜਿਹੜੀ ਕਲਪਨਾ ਦੀ ਸੋਹਜ ਹੈ ਕਲਪਨਾ ਦੇ ਵਿੱਚ ਆਪਾਂ ਸੋਹਣੀਆਂ-ਸੋਹਣੀਆਂ ਕਵਿਤਾਵਾਂ ਲਿਖਦੇ ਹੈਗੀਆਂ ਤੇ ਕਲਪਨਾਂ ਦੇ ਵਿੱਚ ਖੁਸ਼ੀ ਦੀਆਂ ਗੱਲਾਂ ਕਰਦੇ ਹੈਗੀਆਂ ਕਹਿੰਦਾ ਉਸ ਸੁਪਨ ਸੁਪਨਿਆਂ ਦੀ ਜਿਹੜੀ ਧਰਤੀ ਹੈ ਸੁਪਨਿਆਂ ਦੀਆਂ ਗੱਲਾਂ ਹੈਗੀਆਂ ਜਾਣੀਆਂ ਉਸ ਤੋਂ ਪਹਿਲਾਂ ਕਰਨ ਲਈ ਬੜੀਆਂ ਹੀ ਗੱਲਾਂ ਨੇ ਬੜੀਆਂ ਹੀ ਯਥਾਰਥ ਨਾਲ ਸੰਬੰਧਿਤ ਗੱਲਾਂ ਹੈਗੀਆਂ ਨੇ ਅਜੇ ਮੈਂ ਧਰਤ ਤੇ ਛਾਈ ਕਿਸੇ ਸੀਰੀ ਦੇ ਕਾਲੇ ਸ਼ਾ ਬੁੱਲਾ ਜਹੀ ਰਾਤ ਦੀ ਹੀ ਗੱਲ ਕਰਾਂਗਾ ਹੁਣ ਸੀਰੀ ਸ਼ਬਦ ਪਿੰਡਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪਤਾ ਹੁੰਦਾ ਵੀ ਉਹ ਵਿਅਕਤੀ ਹੁੰਦਾ ਹੈ ਜਿਹੜਾ ਕਿਸੇ ਕਿਸਾਨ ਦੇ ਨਾਲ ਦਿਨ ਰਾਤ ਮਿਹਨਤ ਕਰਦਾ ਹੈਗਾ ਤੇ ਉਸ ਦੀ ਵੀ ਅਵਸਥਾ ਵੀ ਕਿਸਾਨ ਵਾਂਗ ਬਾੜੀ ਚੰਗੀ ਨਹੀਂ ਹੁੰਦੀ ਹਨ ਤੇ ਕਵੀ ਕਹਿੰਦਾ ਹੈਗਾ ਵੀ ਮੈਂ ਤਾਂ ਅ ਅੱਜ ਅਸੀਂ ਜਿਹੜਾ ਹੈ ਧਰਤੀ ਉੱਤੇ ਪਸਰੀ ਹੋਏ ਕਿਸੇ ਮੁਜਾਰੇ ਜਾਂ ਸੀਰੀ ਦੇ ਕਾਲੇ ਸ਼ਾਬੁੱਲ ਦੇ ਬੁੱਲਾਂ ਵਰਗੀ ਰਾਤ ਦੀ ਹੀ ਗੱਲ ਕਰਾਂਗਾ ਭਾਵੇਂ ਉਹ ਕਿਸੇ ਤਰੱਕੇ ਨਾਲ ਖੁਸ਼ ਨਹੀਂ ਹੁੰਦਾ ਹਰ ਸਮੇਂ ਉਹ ਵੀ ਉਦਾਸਿਆ ਰਹਿੰਦਾ ਹੈਗਾ ਤੇ ਇਸ ਤਰ੍ਹਾਂ ਹੀ ਜਿਵੇਂ ਧਰਤੀ ਉੱਤੇ ਕਾਲੀ ਰਾਤ ਛਾਈ ਹੁੰਦੀ ਹੈ ਇਸੇ ਤਰ੍ਹਾਂ ਹੀ ਉਸ ਦੇਵੀ ਕਾਲੇ ਸ਼ਾਬੁੱਲ ਹੋਏ ਹੁੰਦੇ ਹਨ ਮੈਂ ਉਸ ਦੇ ਦੁੱਖਾਂ ਦੀ ਉਸ ਦੇ ਸੰਤਾਪ ਦੀ ਹੀ ਗੱਲ ਕਰਾਂਗਾ ਉਸ ਇਤਿਹਾਸ ਦੀ ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੋਰਾਂ ਉੱਤੇ ਉਕਰਿਆ ਹੈ ਲੂਸੇ ਹੁੰਦਾ ਚੁਲਸੇ ਹੋਏ ਜਿਵੇਂ ਆਪਾਂ ਗਰਮੀ ਕੋਈ ਚੀਜ਼ ਗਰਮ ਆਪਾਂ ਨੂੰ ਟੱਚ ਕਰ ਜਾਂਦੀ ਹੈ ਤਾਂ ਉਹ ਮਾਸ ਜਿਹੜਾ ਚੁਲਸ ਜਾਂਦਾ ਉਹਨੂੰ ਲੂਸਿਆ ਕਹਿੰਦੇ ਨੇ ਮੋਰਾ ਹੁੰਦਾ ਮੋਟੇ ਹੁਣ ਕਵੀ ਕੀ ਕਹਿੰਦਾ ਹੈਗਾ ਕਿ ਮੈਂ ਤਾਂ ਸਿਰਫ ਉਸ ਇਤਿਹਾਸ ਦੀ ਗੱਲ ਕਰਾਂਗਾ ਜੋ ਕਹਿੰਦਾ ਮੇਰੇ ਬਾਪ ਦੇ ਮੇਰੇ ਪਿਤਾ ਦੇ ਧੁੱਪ ਦੇ ਨਾਲ ਚੁਲਸੇ ਹੋਏ ਮੋਡਿਆਂ ਦੇ ਉੱਤੇ ਲਿਖਿਆ ਹੋਇਆ ਹੈ ਉਕਰਿਆ ਹੋਇਆ ਹੈ ਜਾਂ ਆਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੀ ਭੰਗੋਲ ਦੀ ਹੀ ਗੱਲ ਕਰਾਂਗਾ ਤਾਂ ਹੁਣ ਅਗਲੀ ਲਾਈਨ ਦੇ ਵਿੱਚ ਕਵੀ ਕੀ ਕਹਿੰਦਾ ਵੀ ਜਿਹੜਾ ਉਸਦੇ ਪਿਤਾ ਦੇ ਜਿਹੜੇ ਮੋਢੇ ਨੇ ਉਹ ਤਾਂ ਧੁੱਪ ਦੇ ਨਾਲ ਝੁਲਸੇ ਹੋਏ ਨੇ ਤੇ ਨਾਲ ਦੀ ਨਾਲ ਉਹਦੀ ਮਾਂ ਦੇ ਪੈਰਾਂ ਦੇ ਵਿੱਚ ਬਿਆਈਆਂ ਫਟੀਆਂ ਹੋਈਆਂ ਨੇ ਤਾਂ ਉਹਨੂੰ ਕਹਿੰਦਾ ਹੈ ਕਵੀ ਵੀ ਮੈਂ ਉਸ ਭੰਗੋਲ ਦੀ ਗੱਲ ਕਰਾਂਗਾ ਉਹਦੇ ਪੈਰਾਂ 'ਚ ਜਿਹੜੀਆਂ ਬਿਆਈਆਂ ਫਟੀਆਂ ਹੋਈਆਂ ਨੇ ਉਹ ਇੱਕ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਨਕਸ਼ੇ ਬਣ ਜਾਂਦੇ ਨੇ ਉਹਦੇ ਵਿਚਾਰੇ ਦੇ ਪੈਰਾਂ ਦੇ ਵਿੱਚ ਤਾਂ ਮੈਂ ਉਸ ਦੀ ਹੀ ਗੱਲ ਕਰਾਂਗਾ ਤੇ ਮੇਰੇ ਤੋਂ ਕਦੀ ਇਹ ਉਮੀਦ ਨਾ ਰੱਖਿਓ ਕਿ ਮੈਂ ਕਿਸਾਨ ਦਾ ਪੁੱਤਰ ਹੋ ਕੇ ਸੋਹਜਵਾਦੀ ਜਾਂ ਸਿਰਫ ਮਨੋਰੰਜਨ ਕਰਨ ਵਾਲੀ ਕਵਿਤਾ ਦੀ ਗੱਲ ਕਰਾਂਗਾ ਤੇ ਅਜਿਹੀ ਕਵਿਤਾ ਜਿਸ ਦੇ ਹੜ ਦੇ ਵਿੱਚ ਸਾਡੇ ਛੋਟੇ-ਛੋਟੇ ਬੱਚਿਆਂ ਦੀ ਤੋਤਲੀ ਕਵਿਤਾ ਅਤੇ ਸਾਡੀਆਂ ਧੀਆਂ ਦਾ ਪਵਿੱਤਰ ਹਾਸਾ ਰੁੜ ਜਾਂਦਾ ਹੈਗਾ ਤਾਂ ਇਹ ਤਾਂ ਸੀਗਾ ਇਸ ਕਵਿਤਾ ਦੇ ਅਰਥ ਹੁਣ ਆਪਾਂ ਇਸ ਕਵਿਤਾ ਦੇ ਨਾਲ ਸੰਬੰਧਿਤ ਵਿੱਚ ਪ੍ਰਸ਼ਨ ਪੜਦੇ ਹੈਗੇ। ਇਨਕਾਰ ਕਵਿਤਾ 파ਸ਼ ਦੀ ਲਿਖੀ ਹੋਈ ਕਵਿਤਾ ਹੈ ਮਤਲਬ ਪੈਂਦਾ ਵਿਸ਼ਾ ਵਸਤੂ ਥੀਮ ਦਾ ਵਿਚਾਰਾਂ ਦਾ ਸਾਰ ਪੜਦੇ ਹਾਂ ਠੀਕ ਹੈ। ਤੇ ਇਨਕਾਰ ਕਵਿਤਾ ਬਤਾਰ ਸਿੰਘ 파ਸ਼ ਦੀ ਲਿਖੀ ਹੋਈ ਕਵਿਤਾ ਹੈ। ਇਹ ਅਸਲ ਵਿੱਚ 파ਸ਼ ਦੇ ਕਾਵਿ ਸਿਧਾਂਤਾਂ ਕਾਵਿਕ ਮੈਨੀਫੈਸਟੋ ਹੈ। ਇਸ ਕਵਿਤਾ ਵਿੱਚਲੇ ਕਾਵਿ ਸਿਧਾਂਤ ਰਾਹੀਂ ਉਹ ਸੋਸ਼ੀਵਾਦੀ ਅਤੇ ਪ੍ਰਗਤੀਵਾਦੀ ਰੋਮਾਂਟਿਕਤਾ ਨੂੰ ਰੱਦ ਕਰਦਾ ਹੈ ਜਿਨ੍ਹਾਂ ਦਾ ਉਦੇਸ਼ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ। ਤੇ ਉਹ ਉਸ ਇਨ੍ਹਾਂ ਕਵਿਤਾਵਾਂ ਦਾ ਸਬੰਧ ਜੀਵਨ ਦੇ ਸੱਚ ਨਾਲ ਬਿਲਕੁਲ ਵੀ ਨਹੀਂ ਹੁੰਦਾ ਹੈ ਜੋ ਅਸੀਂ ਗੀਤਾਂ ਦੇ ਵਿੱਚ ਸੁਣਦੇ ਹੈਗੀਆਂ ਤੇ ਕਵੀ ਆਪਣੇ ਬਾਰੇ ਕੀ ਦੱਸਦਾ ਹੈ ਉਹ ਆਪਣੇ ਪਾਠਕਾਂ ਤੇ ਆਲੋਚਕਾਂ ਨੂੰ ਦੱਸਦਾ ਹੈ ਕਿ ਉਹ ਉਸ ਕੋਲੋਂ ਇਹ ਆਸ ਨਾ ਕਰਨ ਕਿ ਉਹ ਉਹਨਾਂ ਦੇ ਚਗਲੇ ਹੋਏ ਸਵਾਦ ਅਨੁਸਾਰ ਸੋਹਜਵਾਦੀ ਅਤੇ ਪਰਗਤਤਿਵਾਦੀ ਰੋਮਾਂਟਿਕਤਾ ਦੀ ਗੱਲ ਕਰੇਗਾ ਕਿਉਂਕਿ ਇਨ੍ਹਾਂ ਦੇ ਹੱਟ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਧੀਆਂ ਦਾ ਪਵਿੱਤਰ ਹਾਸਾ ਰੋੜ ਜਾਂਦਾ ਹੈ ਦੇ ਹੋ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਉਹ ਆਪਣੀ ਕਵਿਤਾ ਦੇ ਵਿੱਚ ਖਾਤ ਦੇ ਘਾਟੇ ਕਰਕੇ ਪਿਛਕੇ ਹੋਏ ਗੰਨੇ ਆ ਕਿਸਾਨ ਦੇ ਦਲਾਨ ਦੇ ਖੁੰਜੇ ਵਿੱਚ ਪਈ ਹੋਈ ਥੋੜੀ ਜਹੀ ਸੋਨੇ ਦੀ ਫਸਲ ਅਤੇ ਉਸ ਦੇ ਬੂਹੇ ਉੱਪਰ ਖੜੇ ਤੰਗੀਆਂ ਭਰੇ ਸਿਆਲ ਦੀ ਗੱਲ ਕਰੇਗਾ ਹੁਣ ਤੰਗੀਆਂ ਭਰੇ ਸਿਆਲ ਕਿਵੇਂ ਹੁੰਦਾ ਵੀ ਜੇ ਜੇ ਹੁਣ ਬੰਦੇ ਕੋਲ ਸਾਧਨ ਨਹੀਂ ਹੈਗੇ ਤਾਂ ਉਸ ਲਈ ਸਿਆਲ ਕੱਟਣਾ ਬੜਾ ਔਖਾ ਹੁੰਦਾ ਹੈ ਹਨਾ ਮੋਟੇ ਕੱਪੜਾ ਜਾਂ ਹੋਰ ਸਹੂਲਤਾਂ ਦੀ ਥੋੜਾ ਹੈ ਜਿਹੜੀ ਆਮ ਇੱਕ ਵਿਅਕਤੀ ਨੂੰ ਬਹੁਤ ਮਾਰ ਕਰਦੀ ਹੈਗੀ ਆ ਤਾਂ ਕਵੀ ਇਹਨਾਂ ਦੀ ਗੱਲ ਕਰਦਾ ਹੈਗਾ ਉਸ ਤੋਂ ਇਹ ਵੀ ਆਸ ਨਾ ਕੀਤੀ ਜਾਵੇ ਕਿ ਉਹ ਸਰਦੀ ਦੀ ਰੁੱਤ ਵਿੱਚ ਖੇੜਨ ਵਾਲੇ ਫੁੱਲਾਂ ਦੇ ਨਾਵਾਂ ਤੇ ਪਿੰਡਾਂ ਦੀ ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾ ਤਰੇਗਾ ਉਹ ਆਪਣੀ ਕਵਿਤਾ ਦੇ ਵਿੱਚ ਬੈਂਕ ਦੇ ਲਾਲਚੀ ਸੈਕਟਰੀ ਹਾਂ ਰੱਬਾ ਉਹਦੇ ਨਹੀਂ ਮੈਨੂੰ ਕੋਈ ਕੰਮ ਕਰ ਦਿੰਦੇ ਹੈ